ਉੱਪਰ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਹਰ ਸਾਲ ਦੀ ਤਰ੍ਹਾਂ ਰਸਮੀ ਤੌਰ ਤੇ ਪਾਠ ਸ਼੍ਰੀ ਸੁਖਮਨੀ ਸਾਹਿਬ ਨਾਲ ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦਾ ਆਗਾਜ਼ ਹੋਇਆ ਤੇ ਅੱਜ ਸਾਡੇ ਦਰਮਿਆਨ ਸਾਡੇ ਜਿਹੜੇ ਜਿਨ੍ਹਾਂ ਨੇ ਬਾਬਾ ਫਰੀਦ ਆਗਮਨ ਪੁਰਬ ਸ਼ੁਰੂ ਕੀਤਾ ਸਰਦਾਰ ਇੰਦਰਜੀਤ ਸਿੰਘ ਖਾਲਸਾ ਉਹ ਨਹੀਂ ਹਨ, ਲੇਕਿਨ ਫਿਰ ਵੀ ਅੱਜ ਮਾਣਯੋਗ ਡੀਸੀ ਸਾਹਿਬ SSP ਸਾਹਿਬ ਵੱਲੋਂ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ 5 ਦਿਨਾਂ ਦਾ ਇਹ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦਾ ਆਗਾਜ਼ ਪਹਿਲਾਂ ਬਾਬਾ ਸ਼ੇਖ ਫਰੀਦ ਤੋਂ ਕੀਤਾ ਗਿਆ। ਇਸ ਦੇ ਵਿੱਚ ਸਾਰੇ ਧਾਰਮਿਕ, ਸੱਭਿਆਚਾਰਕ ਤੇ ਵੱਖ ਵੱਖ ਵਣਗੀਆਂ ਪੰਜਾਬ ਸਰਕਾਰ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਈਆਂ ਜਾਣਗੀਆਂ। ਸੋ ਇਸ ਵਾਰ ਬਹੁਤ ਵੱਡਾ ਮੇਲਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹਿਲਾਂ ਬਾਬਾ ਸ਼ੇਖ ਫਰੀਦ ਵਿਖੇ ਤੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਣਗੀਆਂ। ਫਰੀਦਕੋਟ ਦੀ ਸੰਗਤ, ਹਿੰਦੁਸਤਾਨ ਸੰਗਤ, ਸਾਰੇ ਹਿੰਦੂ ਵਰਲਡ ਦੇ ਸਾਰੇ ਸੰਗਤਾਂ ਨੂੰ, ਬਾਬਾ ਫਰੀਦ ਨਾਮ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਜਿਹੜਾ ਰਹੇ ਅੱਜ ਇੱਥੇ ਬਾਬਾ ਫਰੀਦ ਸਾਹਿਬ ਜੀ ਦਾ ਆਗਮਨ ਪਚਨ ਜੋ ਸ਼ੁਰੂਆਤ ਹੋਈ ਹੈ। ਮੈਂ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਨਾਲ ਇਹ ਹਰ ਸਾਲ ਮਨਾਇਆ ਜਾਂਦਾ ਹੈ। ਅੱਜ ਸੁਖਮਨੀ ਸਾਹਿਬ ਦਾ ਪਾਠ ਅਤੇ ਬਾਬਾ ਫਰੀਦ ਦੇ ਸਲੋਕਾਂ ਦੇ ਪਾਠ ਉਪਰੰਤ ਇਹ ਮੇਲਾ ਸ਼ੁਰੂਆਤ ਹੋਇਆ। ਇਸ ਧਾਰਮਿਕ ਸਮਾਗਮ ਦੇ ਵਿੱਚ ਅੱਜ ਸ਼ਾਮ ਨੂੰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਕਥਾ ਦੁਆਰਾ ਸੰਗਤਾਂ ਨਿਹਾਲ ਕਰਨਗੇ ਅਤੇ ਭਾਈ ਅਮਨਦੀਪ ਸਿੰਘ ਜੀ ਦਰਬਾਰ ਸਾਹਿਬ ਦੇ ਰਾਗੀ ਜਿੱਥੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ। ਇਸੇ ਤਰ੍ਹਾਂ 20, 21, 22, 23, 30 ਤੱਕ ਸਾਰੇ ਸਮਾਗਮ ਚੱਲਣਗੇ ਤੇ ਇਹਨੂੰ ਇੱਕ ਮਹਾਨਗਰ ਕੀਰਤਨ ਗੁਰਦੁਆਰਾ ਟਿੱਲਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਗੋਦ ਸਾਹਿਬ ਵਿਖੇ ਸਮਾਪਤੀ ਹੋਏਗਾ, ਜਿੱਥੇ ਕਿ ਇੱਕ ਬਾਬਾ ਫਰੀਦ ਅਵਾਰਡ ਫਾਰ ਹਿਊਮੈਨਿਟੀ ਡਾਕਟਰ SP ਓਬਰਾਏ ਜੀ ਜਿਹੜੇ ਕਿ ਵਰਲਡ ਦੇ ਫੇਮਸ ਬੰਦੇ ਹਨ ਉਹਨਾਂ ਨੂੰ ਅਵਾਰਡ ਦਿੱਤਾ ਜਾਏਗਾ ਅਤੇ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਹਨ ਗੁਰਬਾਣੀ ਕੱਠ ਮੁਕਾਬਲੇ ਵਿੱਚ ਉਹਨਾਂ ਨੂੰ ਅਵਾਰਡ ਦਿੱਤਾ ਜਾਏਗਾ। ਇੱਕ ਅਵਾਰਡ ਜਿਹੜਾ ਕਿ ਇੰਦਰਜੀਤ ਖਾਲਸਾ ਯਾਦ ਵਿੱਚ ਐਸਾ ਸ਼ੁਰੂ ਕੀਤਾ ਗਿਆ ਉਹ ਬਲੱਡ ਸੇਵਾ ਸੁਸਾਇਟੀ ਨੂੰ ਦਿੱਤਾ ਜਾਏਗਾ। ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਸਾਰੇ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਆਰਾਮ ਨਾਲ ਪਿਆਰ ਸਤਿਕਾਰ ਸ਼ਰਧਾ ਸਹਿਤ ਇਹ ਸਾਰੇ ਸਮਾਗਮ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।